सब्सक्राइब करो निडर आवाज टीवी नू ते ताजा वीडियोस पाउन लई बेल दा बटन दबाओ। गली दे झगड़े नू लेके पंजाब पुलिस दी महिला कांस्टेबल वालों धमकियां देने ते व्यक्ति ने जहरीली दवाई पी के कीती खुदकुशी। पुलिस ने परिवार दे बयान दर्ज कर अगली कार्रवाई कीती शुरू। जिला तरन तारण अधीन आउंदे शहर भिक्कीविंड दे वार्ड नंबर 3 बलेर रोड विच रहिंदे मल सिंह पुत्र सोहण सिंह दा उसदे गुआंढ रहिंदी पंजाब पुलिस दी महिला कांस्टेबल परमजीत कौर नाल गली दे लैके झगड़ा चल रहा सी, जिस करके वह काफ़ी तंग परेशान चल रहा सी, जिसने अज परेशानी दे आलम विच जहरीली दवाई पी के अपनी जीवन लीला समाप्त कर ली है। एकत्र हुई जानकारी अनुसार मल सिंह दे पुत्र प्रगट सिंह ने दस्या कि बीते काफ़ी लंबे समय तो साढ़े गुआंढ रहिंदी पंजाब पुलिस की महिला कांस्टेबल परमजीत कौर नाल गली नू लैके झगड़ा चल रहा सी, जो कि यह महिला कांस्टेबल साढ़े परिवार को धमकियां दे रही सी कि मैं तुहाडे ते झूठा परचा दर्ज करवा देवांगी, जिस नू लैके साडा परिवार काफ़ी तंग परेशान चल रहा सी। उधर मल सिंह की पत्नी प्रीतम कौर ने पत्रकारां नू जानकारी दिंदिया दस्या कि यह महिला कांस्टेबल मेरे पुत्र नू झूठे समैक दे केस विच अंदर कराउण दीआं धमकियां दे रही सी, जो कि मेरे पति नू इस महिला कांस्टेबल तो तंग होके कोई जहरीली वस्तु निकल के अपनी जीवन लीला समाप्त कर ली है। प्राप्त हुई जानकारी अनुसार मल सिंह नू भिक्कीविंड दे निजी हस्पताल विच दाखिल करवाया गया सी, जिथे डाक्टरां वल्लों पूरी जद्दोजहद करन तो बाद भी मल सिंह नू नहीं बचाया जा सकिया। दूजे पासे मौके ते पुजी पुलिस ने लाश नू कब्जे विच लैंदिया घर वालियां दे बयान दर्ज कर अगली कार्रवाई शुरू कर दिती है। ਪ੍ਰਗਟ ਸਿੰਘ ਜੀ ਕੀ ਗੱਲਬਾਤ ਹੋਈ ਹੈ? ਗੱਲਬਾਤ ਗਲੀ ਦੇ ਕੋਠਿਆਂ ਦੀ ਹੋਈ ਪਰਮਜੀਤ ਦੇ ਨਾਲ। ਇਹ ਕਹਿੰਦੀ ਮੈਂ ਤੁਹਾਡੇ ਕੋਠੇ ਢਵਾ ਕੇ ਮੈਂ ਗਲੀ ਲੈਣੀ ਲੈਣੀ ਆ, ਇਹਨੇ ਫਿਰ ਸਾਨੂੰ ਧਮਕੀ ਦਿੱਤੀ ਆ। ਕੌਣ ਹੈ ਪਰਮਜੀਤ ਕੌਰ? ਪਰਮਜੀਤ ਸਪੈਨ ਪੁਲਿਸ ਜਿਹੜੀ, ਇਹਨੇ ਸਾਨੂੰ ਧਮਕੀ ਦਿੱਤੀ, ਕਹਿੰਦੀ ਮੈਨੇ ਜੇ ਨਾ ਦੇੜਿਆ ਤਾਂ ਮੈਂ ਕੀ ਨਾ ਤਾਂ ਪਰਚਾ ਤੁਹਾਡੇ ਝੂਠਾ ਕਰਾ ਕੇ ਅਤੇ ਮੈਂ ਤੁਹਾਨੂੰ ਅੰਦਰ ਕਢਾ ਦੇਣਾ। ਫਿਰ ਮੈਂ ਡਰਦਾ ਮਾਰਾ ਸਹੁਰੇ 4 ਦਿਨ ਲਾ ਕੇ ਆਇਆ ਵਾਂ। ਅੱਜ ਕੀ ਗੱਲਬਾਤ ਹੋਈ ਹੈ? ਅੱਜ ਗੱਲਬਾਤ ਇਹ ਮੇਰੇ ਭਾਪੇ ਨੂੰ ਕੀ ਕਰਦਾ, ਉਹ ਡਬੱਕਾ ਲੈ ਲਿਆ ਉਹਨੇ ਇਸ ਵਿਹੋਧ ਵਿੱਚ, ਮੇਰਾ ਪੁੱਤ ਕਿੱਥੋਂ ਢਾਊਗਾ, ਉਹਨੇ ਕਿਹਾ ਦਵਾਈ ਪੀ ਲਈ ਹੈ, ਉਹ ਇਹਦੀ ਕਾਰਵਾਈ ਬਣਦੀ, ਮੈਨੂੰ ਇਨਸਾਫ ਮਿਲਣਾ ਚਾਹੀਦਾ, ਇਹ 'ਤੇ ਪਰਮਜੀਤ 'ਤੇ ਕਾਰਵਾਈ ਹੋਣੀ ਚਾਹੀਦੀ ਪੂਰੀ, ਮੈਨੂੰ ਇਨਸਾਫ ਮਿਲਣਾ ਚਾਹੀਦਾ ਪੂਰਾ ਜੀ। ਕੀ ਨਾਮ ਹੈ ਤੁਹਾਡਾ? ਪ੍ਰੀਤਮ ਕੌਰ ਭਾਜੀ। ਕੀ ਗੱਲਬਾਤ ਹੋਈ ਹੈ? ਗਲੀ ਦੇ ਕੋਠਿਆਂ ਦੀ ਭਾਜੀ ਹੋਈ ਹੈ। ਕਿਹਦੇ ਨਾਲ ਹੋਈ ਸੀਗੀ? ਪਰਮਜੀਤ ਦੇ ਨਾਲ। ਇਹ ਪਰਮਜੀਤ ਕੌਰ ਕੌਣ ਹੈ? ਪੁਲਿਸ ਵਾਲੀ ਹੈ। ਅਤੇ ਕੀ ਗੱਲ ਹੋਈ ਹੈ? ਗੱਲ ਆਉਂਦੀ ਸੀ ਮੈਂ ਕੋਠੇ ਢਵਾਉਣੇ ਆ, ਕੋਠੇ ਢਵਾ ਕੇ ਅਤੇ ਮੈਂ ਤੇਰੇ ਗਲੀ ਵੱਡੀ ਕਰਨੀ, ਉਸੇ ਪਿਓ ਇਹਦੇ ਨੇ ਗਮ ਖਾ ਲਿਆ, ਗਮ ਖਾ ਕੇ ਦਵਾਈ ਪੀ ਲਿਆ, ਪੁੱਤ ਮੇਰਾ ਸਹੁਰੇ ਚਲੇ ਗਿਆ, ਪੁੱਤ ਮੇਰੇ 'ਤੇ ਆਉਂਦੀ ਕਾਰਵਾਈ ਕਰਨੀ। ਅੱਜ ਕੀ ਗੱਲਬਾਤ ਹੋਈ ਹੈ? ਅੱਜ ਫਿਰ ਪਤਾ ਹੀ ਨਹੀਂ ਸਾਨੂੰ ਇਹਨੇ ਦਵਾਈ ਪੀ ਲਈ ਆ, ਇਹੋ ਗੁੱਸੇ ਦੇ ਨਾਲ ਮੇਰਾ ਪੁੱਤ ਕੀ ਕਰੂਗਾ, ਮੇਰਾ ਪੁੱਤ ਕਿਹੜੇ ਬੰਨੇ ਜਾਊਗਾ। ਕਿੰਨੇ ਜ਼ਿੰਮੇਵਾਰ ਮੰਨਦੇ ਜਿਹੜੀ ਦਵਾਈ ਪੀਤੀ, ਕੌਣ ਜ਼ਿੰਮੇਵਾਰ ਦੀ? ਇਹਦੀ ਪਰਮਜੀਤ ਜ਼ਿੰਮੇਵਾਰ ਜਿਹਨੇ ਦਵਾਈ ਪਿਆਈ, ਇਹਨੇ ਤਾਂ ਸਾਨੂੰ ਕੀ ਸਾ ਕਿਤੇ ਨਾ ਕਿਤੇ ਨਾ ਆਉਣਾ ਇੱਥੇ ਕਦੀ ਦਵਾਈ ਦਾ। ਨਾਮ ਹੈ ਆਪਣਾ? ਭਾਜੀ ਸੁਖਬੀਰ ਕੌਰ। ਕੀ ਗੱਲਬਾਤ ਹੋਈ ਹੈ? ਭਾਜੀ ਇਹ ਪਰਮਜੀਤ ਸਾਨੂੰ ਟੀਕਾ ਨਹੀਂ ਸੀ ਦਿੰਦੀ। ਕੌਣ ਹੈ ਇਹ ਪਰਮਜੀਤ ਕੌਰ? ਕੌਣ ਹੈ ਇਹ? ਪੁਲਿਸ ਮੁਲਾਜ਼ਮ ਹੈ ਭਾਜੀ, ਸਾਨੂੰ ਆਂਦੀ ਕੋਠੇ ਢਾ ਕੇ ਪਿੱਛੇ ਕਰੋ ਵੀ, ਅਤੇ ਸਾਨੂੰ 4 ਦਿਨ ਹੋ ਗਏ ਸੀ ਬੱਚੇ ਲੈ ਕੇ ਪੇਕੇ, ਮੈਂ ਆਪਣੇ ਰਹਿੰਦੀ ਹਾਂ ਅਤੇ ਅਸੀਂ ਜਦੋਂ ਆਏ ਹਾਂ ਤਾਂ ਸਾਡੇ ਡੈਡੀ ਨੇ ਦਵਾਈ ਪੀ ਲਈ ਆਉਂਦੇ ਨੇ। ਹੁਣ ਕੀ ਹੋਇਆ ਉਹਨਾਂ ਨੂੰ, ਮਤਲਬ ਕਿ ਉਹਨਾਂ ਦੀ ਡੈਥ ਹੋ ਗਈ ਜਾਂ ਬਚ ਗਿਆ? ਡੈਥ ਹੋ ਗਈ ਉਹਨਾਂ ਦੀ, ਅਤੇ ਇਹਦੀ ਜ਼ਿੰਮੇਵਾਰ ਪਰਮਜੀਤ ਆ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।